ਘਰੋਂ ਕਹਿ ਕੇ ਖੜਿਆ ਮੇਰੀ ਭੈਣ ਦੇ ਮੁੰਡੇ ਦਾ ਜਨਮ ਦਿਨ ਆ। ਸਰਕਾਰ ਕਹਿੰਦੇ ਆਮ ਆਦਮੀ ਦੀ ਪਰ ਬੰਦਾ ਨਹੀਂ ਜੇ ਆਮ ਹੋਇਆ। ਜ਼ੁਲਮ ਜ਼ਿਆਦੇ ਆਮ ਆਦਮੀ ਦੇ ਜਨਮ ਦਿਨ ਦੇ। मैं सरदार की कार्रवाई चाहना, मैं जिन्हें तक कार्रवाई ना आई मैं संस्कार नहीं करना, मैं सड़कों से भी उतरूंगा जो कार्रवाई। महाराज हाँ जी, मेरा कवलजीत वीर जी, पिंड नंगड़ी फतेहगढ़ चुड़ियां रोड। वीर जी मैं जंडियाले गई हाँ, उन मेरा पुत घरे ही। मैं जो आई हाँ मेरा पुत आंदा कांजी नहीं मम्मी लैके आई, ओ मूह बड़ा पक्का ही। मैं कहा नहीं, पानी पीता मेरे पुत ने, तो बुआ मुंडा वा जंग बहादुर दा ਉਹ ਨਾਲ ਆਇਆ ਵਾ, ਉਹਨੇ ਮੇਰੇ ਕੋ ਪੈਸੇ ਮੰਗੇ ਆ, ਮਾਂ 50 ਰੁਪਏ ਦੇ ਦੇ, ਅਸੀਂ ਬਾਹਰ ਜਾਣਾ ਵਾ ਕੁਛ ਖਾਣ। ਮੈਨੂੰ ਨਹੀਂ ਪਤਾ ਸੀ ਵੀ ਮੇਰੇ ਪੁੱਤ ਨੇ ਕਿਤੇ ਘਰੋਂ ਚਲ ਜਾਣਾ, ਆਉਣਾ ਨਹੀਂ ਆ। ਉਹੋ ਹੀ ਲੈ ਕੇ ਗਿਆ ਆਪਣਾ ਮੋਟਰਸਾਈਕਲ, ਸਾਡੇ ਘਰ ਲਾ ਗਿਆ, ਸਕੂਟਰੀ ਲੈ ਗਿਆ ਨਾਲ। ਅਤੇ ਮੁੜ ਕੇ ਮੈਂ ਸਾਰੀ ਰਾਤ ਫੋਨ ਲਾਉਂਦੀ ਰਹੀ, ਪਹਿਲਾਂ ਫੋਨ ਨਹੀਂ ਚੁੱਕਿਆ, ਫਿਰ ਜੇ ਮੈਂ ਬੁਲਾਉਂਦੀ ਫਿਰ ਬੰਦ ਆਉਣ ਡੈ ਪਿਆ। ਅਗਲੇ ਦਿਨ ਸਵੇਰੇ ਮੁੜ ਕੇ ਮੰਮੀ ਨੂੰ ਮੈਂ ਕਲਾਇਆ ਜੰਗ ਬਹਾਦਰ ਦੇ ਘਰ, ਬੂਏ ਘਰ ਵੀ ਮਿਲੋ ਉਹਨੂੰ, ਵੇਖੋ ਮੰਮੀ ਜਾ ਕੇ ਨੰਬਰ ਕਿਉਂ ਨਹੀਂ ਲੱਗਣ ਦੇ। ਉਹ ਆਉਂਦੇ ਸਾਡਾ ਤਾਂ ਪੁੱਤ ਆਪ ਨਹੀਂ ਘਰ ਆਇਆ, ਮੁੜ ਕੇ ਸਕੂਟਰੀ ਛੱਡਣ ਆਇਆ ਸਾਡੇ ਘਰ ਭਾਜੀ। ਉਹਨਾਂ ਨੇ ਮੁੜ ਕੇ ਉਹਨੂੰ ਮੈਂ ਕਿਹਾ ਮੈਂ ਮੇਰਾ ਪੁੱਤ ਕਿਉਂ ਨਹੀਂ ਲੈ ਕੇ ਆਇਆ ਤੂੰ, ਕਹਿੰਦਾ ਮੇਰੇ ਨਾਲ ਨਹੀਂ ਸੀ, ਮੈਂ ਤਾਂ ਤੇਰੇ ਨਾਲ ਹੀ ਕਲਾਇਆ ਸੀ। ਕਹਿੰਦਾ ਉਹ ਤਾਂ ਕਾਕੇ ਨਾਲ ਗਿਆ ਵਾ, ਕਾਕਾ ਮੁੰਡਾ ਸਿਲੰਡਰਾਂ ਦਾ ਕੰਮ ਕਰਦਾ ਵਾ, ਉਹ ਕਹਿੰਦਾ ਉਹਦੇ ਨਾਲ ਗਿਆ ਵਾ। ਮੈਂ ਮੈਂਬੂ ਦੇ ਬੂਹੇ ਤੇਰੇ ਨਾਲ ਕਲਾਇਆ ਸੀ। ਕਹਿੰਦਾ ਨਹੀਂ ਮੈਂ ਤਾਂ ਮੁਰਾਦਪੁਰੇ ਸੁੱਤਾ ਹਾਂ। ਮੈਂ ਮੁੜ ਕੇ ਮੁਰਾਦਪੁਰੇ ਪੁੱਛਿਆ ਉਹਨਾਂ ਨੂੰ, ਉਹ ਵੀ ਮੇਰੇ ਮੁੰਡੇ ਦਾ ਦੋਸਤ ਆ, ਉਹਦੀ ਮੰਮੀ ਨੂੰ ਪੁੱਛਿਆ ਵੀ ਉੱਥੇ ਸੁੱਤਾ ਸੀ ਬੂਆ, ਕਹਿੰਦੀ ਨਹੀਂ ਇੱਥੇ ਨਹੀਂ ਸੁੱਤਾ। ਉਹ ਤਾਂ ਬਿਆਨ ਦੇ ਕੇ ਆਈ ਹੈ ਥਾਣੇ ਦੇ ਵਿੱਚ ਵੀ ਸਾਡੇ ਘਰ ਨਹੀਂ ਸੁੱਤਾ, ਇਹ ਸਭ ਕੁਛ ਵੀਰ ਜੀ ਇੰਨਾ ਹੀ ਕਰਾਇਆ ਵਾ, ਧੋਖਾ ਕਰ ਗਏ। ਹਾਂਜੀ ਨਹੀਂ ਵੀਰ ਜੀ ਮੈਨੂੰ ਕੁਛ ਨਹੀਂ ਦੱਸਿਆ। ਹਾਂਜੀ ਹਾਂਜੀ ਉਦੋਂ ਵੀ ਕੁੱਟਿਆ ਸੀ, ਹੁਣ ਵੀ ਗੋਲੀ ਲੱਗੀ ਸੀ, ਫਿਰ ਗੋਲੀ ਪਹਿਲਾਂ ਆਰ ਪਾਰ ਹੋ ਗਈ, ਅਜੇ ਤੇ ਮਹੀਨਾ ਹੀ ਹੋਇਆ ਸੀ ਸਾਰੀ। ਕਿਤਰਾ ਪਤਾ ਲੱਗਾ ਸੀ ਹੁਣ? ਹਾਂਜੀ ਹੁਣ ਤੇ ਮੈਨੂੰ ਆਇਆ ਸੀ ਸਾਡੇ ਇੱਥੇ ਉਹ ਫੌਜੀ ਮੈਂਬਰ, ਉਹ ਲੈ ਕੇ ਗਿਆ ਮੈਨੂੰ, ਕਹਿੰਦਾ ਤੁਹਾਡੇ ਬੱਚੇ ਦੀ ਲੜਾਈ ਹੋ ਗਈ ਆ, ਚੱਲੋ ਮੇਰੇ ਨਾਲ। ਮੈਨੂੰ ਨਹੀਂ ਪਤਾ ਕੀ ਮੰਗ ਕਰਦੇ ਹੋ ਵੀਰ ਜੀ, ਮੈਨੂੰ ਇਨਸਾਫ ਚਾਹੀਦਾ ਵਾ। ਜਿਸ ਤਰ੍ਹਾਂ ਮੇਰਾ ਪੁੱਤ ਮੈਂ ਵਿਲਕਣ ਦੀਆਂ, ਇਹਨਾਂ ਦੀਆਂ ਮਾਵਾਂ ਵੀ ਇੱਦਾਂ ਵਿਲਕਣ, ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਜੇਲੇ ਜਾਣ ਇਹਨਾਂ ਨੂੰ ਸਜ਼ਾ ਹੋਵੇ ਵੀਰ ਜੀ। ਮੈਂ ਹਾਂਜੀ ਕਾਰਵਾਈ, ਉਹ ਤਾਂ ਕਹਿੰਦੇ ਸੀ ਕਾਰਵਾਈ ਕਰਾਂਗੇ ਪੂਰੀ, ਹੁਣ ਵੀਰ ਜੀ ਕਰੋ ਮੇਰੀ ਮਦਦ ਕਰੋ, ਮੈਨੂੰ ਇਨਸਾਫ ਚਾਹੀਦਾ ਵਾ। ਆਏ ਉਮਰ 17 ਸਾਲ ਸੀ ਉਹਦੀ, ਆਏ ਹੁਣ ਤਾਂ ਵੀਰ ਜੀ ਘਰੇ ਰਹਿੰਦਾ ਸੀ, ਕਿਤੇ ਜਾਂਦਾ ਵੀ ਨਹੀਂ ਸੀ, ਘਰੇ ਰਹਿੰਦਾ ਸੀ, ਝਾਕੇ ਨਾਲ ਲੈ ਗਏ, ਬਹਾਨੇ ਨਾਲ ਲੈ ਗਏ। ਹਾਂਜੀ ਪਹਿਲਾਂ ਕਦੀ ਆਉਂਦਾ ਸੀ ਜਨਮ ਦਿਨ 'ਤੇ ਚੱਲਿਆ ਵਾਂ, ਮੇਰੇ ਮੁੰਡੇ ਨੇ ਤਾਂ ਮੈਨੂੰ ਕੁਛ ਦੱਸਿਆ ਹੀ ਨਹੀਂ, ਉਹ ਹੀ ਆਉਂਦਾ ਸੀ ਬੂਆ, ਕਹਿੰਦਾ ਜਨਮ ਦਿਨ 'ਤੇ, ਕਦੀ ਕਹਿੰਦੇ ਜਨਮ ਦਿਨ 'ਤੇ ਚੱਲੇ, ਕਦੀ ਆਉਂਦੇ ਤਰਨ ਤਾਰ ਚੱਲੇ ਹਾਂ। ਪਤਾ ਨਹੀਂ ਵੀਰ ਜੀ ਕਿੱਥੇ ਲੈ ਗਏ ਮੇਰੇ ਪੁੱਤ ਨੂੰ। ਮੇਰਾ ਨਾਂ ਨਿਰਮਲ ਸਿੰਘ ਹੈ ਜੀ। ਕਿਹੜੇ ਪਿੰਡ ਦਾ? ਮੈਂ ਪਿੰਡ ਨੰਗਲੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਹੋਇਆ ਭਾਅ ਜੀ ਮੈਂ ਤਾਂ ਦੁਬਈ ਰਹਿੰਦਾ ਵਾਂ, 5-6 ਮਹੀਨੇ ਤੋਂ ਗਿਆ, ਪਹਿਲੇ ਮੈਂ ਕੁਵੈਤ ਸੀ, ਹੁਣ ਮੈਂ ਦੁਬਈ ਗਿਆ, ਮੈਂ ਘਰ ਨਹੀਂ ਹੈਗਾ। ਮੇਰੇ ਬੇਟੇ ਨੂੰ ਰਾਤ ਨੂੰ 7 ਵਜੇ ਕਿਸੇ ਬੰਦੇ ਨੇ ਬੁਲਾ ਕੇ ਖੜਿਆ, ਘਰੋਂ ਖੜਿਆ ਵਾ, ਸਾਨੂੰ ਨਹੀਂ ਪਤਾ ਜੀ ਬਾਅਦ ਦੇ ਵਿੱਚ ਉਹਨਾਂ ਨੇ ਮਾਰਿਆ ਕਿ ਹੋਰ ਕਿਸੇ ਨੇ ਮਾਰਿਆ ਵਾ। ਇਹ ਤਾਂ ਉਹ ਹੀ ਜਾਣਦੇ, ਉਹ ਬੰਦੇ ਦੱਸਣਗੇ ਵੀ ਕਿੱਥੇ ਅਸੀਂ ਖੜਿਆ ਸੀ, ਕਿਤਰਾਂ ਹੀ ਖੜਿਆ ਸੀ ਅਤੇ ਕਿਉਂ ਖੜਿਆ ਸੀ ਘਰੋਂ। ਜਦੋਂ ਖੜਿਆ ਵਾ ਕੀ ਕਹਿ ਕੇ ਖੜਿਆ ਉਹਨੇ ਬਾਹਰ? ਘਰੋਂ ਤਾਂ ਪਤਾ, ਘਰੋਂ ਕਹਿ ਕੇ ਖੜਿਆ ਮੇਰੀ ਭੈਣ ਦੇ ਮੁੰਡੇ ਦਾ ਜਨਮ ਦਿਨ ਆ, ਕੋਈ ਰੰਜਿਸ਼ ਨੀ, ਉਹ ਤੇ ਯਾਰ ਦੋਸਤ ਸੀ, ਉਹ ਤੇ ਭਰਾ ਹੀ ਉਹਦਾ ਬਣਿਆ। ਅਜੇ ਤੱਕ ਕੋਈ ਨੀ ਭਾਜੀ ਪਹੁੰਚੀ, ਪਰ ਮੈਂ ਸੰਸਕਾਰ ਉਹਨਾਂ ਤੱਕ ਨੀ ਕਰਨਾ ਜਿੰਨਾ ਤੱਕ ਮੇਰੇ ਪੁੱਤ ਦੇ ਕਾਤਲ ਨਾ ਫੜੇ ਗਏ। ਡੈਡ ਬੋਡੀ ਭਾਜੀ ਇਹਨਾਂ ਨੇ ਪੁਲਿਸ ਚੁੱਕ ਕੇ ਲੈ ਗਈ ਸਾਨੂੰ, ਤੇ ਸਵੇਰੇ ਪਤਾ ਲੱਗਾ ਰਾਤ ਹੀ ਕਿਤੇ ਪੁਲਿਸ ਲੈ ਗਈ ਆ। ਪੁਲਿਸ ਨੇ ਕੀ ਤੁਹਾਨੂੰ ਦੱਸਿਆ? ਕੀ ਪੁਲਿਸ ਨੇ? ਅਜੇ ਕੁਛ ਨਹੀਂ ਦੱਸਿਆ, ਕੁਛ ਕਰ ਨਹੀਂ ਰਹੀ ਪੁਲਿਸ। ਡੈਡ ਬੋਡੀ ਕਿਤੋਂ ਮਿਲੀ ਆ ਨਹੀਂ ਦੱਸਿਆ ਪੁਲਿਸ ਨੇ? ਕੁਛ ਨਹੀਂ ਸਾਨੂੰ ਦੱਸਿਆ ਹਲੇ। ਬਿਜਲੀ ਘਰ ਲਾਗੋ ਗਦਾਮਾਂ ਲੱਗ ਗਏ, ਲਵਾਰ ਕਰੋੜ ਨੂੰ ਜਿਹੜਾ ਰਾਹ ਜਾਂਦਾ ਨੰਗਲ ਭਾਜੀ, ਗੋਲੀਆਂ ਵੱਜੀਆਂ, ਛਰੇ ਵੱਜੇ 12 ਬੋਰਡ ਦੇ। ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਉਮਰ ਕਿੰਨੀ ਸੀ ਮੁੰਡੇ ਦੀ? ਨਾਮ ਕੀ? ਮੁੰਡੇ ਦਾ ਵਿਜੇਪ੍ਰੀਤ ਸਿੰਘ, ਨਾ ਹੀ ਉਮਰ 17.5 ਸਾਲ ਸੀ। ਮੇਰਾ ਨਾਮ ਹਰਪ੍ਰੀਤ ਸਿੰਘ, ਪਿੰਡ ਨੰਗਲੀ, ਪੰਚਾਇਤ ਮੈਂਬਰ ਜੀ। ਸਰ ਕੀ ਮਾਮਲਾ ਕੀ ਹੋਇਆ? ਸਰ ਕੱਲ 26 ਤਰੀਕ ਨੂੰ ਤਕਰੀਬਨ 9 ਵਜੇ ਮੈਨੂੰ ਪ੍ਰਸ਼ਾਸਨ ਤੋਂ ਫੋਨ ਆਇਆ ਪੁਲਿਸ ਵਾਲਿਆਂ ਦਾ, ਕਹਿੰਦੇ ਵੀ ਮੈਨੂੰ ਇੱਕ ਫੋਟੋ ਸੈਂਡ ਕੀਤੀ ਇਹਦੀ, ਅਜੇ ਦੀ ਵਿਜੇ ਦੀ, ਕਹਿੰਦੇ ਵੀ ਮੁੰਡਾ ਕੌਣ ਹੈ? ਅਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਵੀ ਮੁੰਡਾ ਸਾਡਾ ਆਪਣਾ, ਇਹ ਕੀ ਗੱਲ ਹੋਈ ਹੈ? ਉਹ ਮੈਨੂੰ ਉਹਨਾਂ ਬਾਅਦ ਵਿੱਚ ਇਹਦੀ ਨੈਕਸਟ ਫੋਟੋ ਡੈਥ ਵਾਲੀ ਨਾ ਜਿਹੜੀ ਜਿੱਥੇ ਕਤਲ ਹੋਇਆ, ਉਹ ਇਹਨਾਂ ਸੈਂਡ ਕੀਤੀ ਵਟਸਐਪ 'ਤੇ। ਮੈਨੂੰ ਕਹਿੰਦੇ ਵੀ ਇਹਦੇ ਨਾਲ ਆਹ ਕੰਮ ਹੋ ਗਿਆ, ਫਿਰ ਉੱਥੋਂ ਮੈਂ ਆਪਣੇ ਘਰੋਂ ਮੋਟਰਸਾਈਕਲ ਲਿਆ, ਜਲਦੀ ਇਹਨਾਂ ਦੇ ਘਰ ਆਇਆ, ਇਹਦੇ ਮੰਮਾ ਨੂੰ ਦੱਸਿਆ ਮੈਂ ਵੀ, ਉਦੋਂ ਤਾਂ ਚਲੋ ਇੱਕਦਮ ਨਹੀਂ ਸੀ ਦੱਸਣਾ, ਮੈਂ ਵੀ ਆਪਾਂ ਉਹਨਾਂ ਦਾ ਝਗੜਾ ਹੋਇਆ ਕਿਤੇ ਚਲੋ ਚੱਲੀਏ। ਉੱਥੇ DSP ਸਾਹਿਬ ਬਲਵੀਰ ਸਿੰਘ ਜੀ
ਤੇ SSO ਸਸਪਾਲ ਸਿੰਘ ਜੀ ਇਹ ਸਾਰੇ ਉੱਥੇ ਮੌਜੂਦ ਸੀ ਮੌਕੇ ਵਾਰਦਾਤ ਤੇ ਉੱਥੇ ਇਹਨਾਂ ਨੇ ਫਿਰ ਸ਼ਨਾਖਤ ਕੀਤੀ ਇਹਨਾਂ ਨੂੰ ਫੋਟੋ ਦਿਖਾਈ ਵੀ ਇਹ ਲੜਕੇ ਦੀ ਉੱਥੇ ਦਿਖਾਈ ਹੈ ਤੇ ਉਹਦੇ ਬਾਅਦ ਫਿਰ ਆਪਣੀ ਕਾਰਵਾਈ ਸ਼ੁਰੂ ਕਰਤੀ ਸਰ ਕਿਹਾ ਜਾ ਰਿਹਾ ਕਿ ਯਾਰ ਦੋਸਤਾਂ ਦੇ ਨਾਲ ਗਿਆ ਕੁਛ ਸੰਭਵ ਹੈ ਹਾਂਜੀ ਸਰ ਜਿਹੜਾ ਇਹਨਾਂ ਦੇ ਘਰੋਂ ਕਹਿਣ ਤੇ ਆ ਰਿਹਾ ਨਾ ਵੀ ਦੋ ਮੁੰਡੇ ਇੱਕ ਬੂਬਾ ਸਿੰਘ ਤੇ ਇੱਕ ਕਾਕਾ ਇਹਨਾਂ ਦੇ ਘਰ ਦੇ ਕਹਿੰਦੇ ਵੀ ਇੱਥੋਂ ਘਰੋਂ ਲੈ ਕੇ ਗਏ ਰਾਤ ਪਰ ਸਾਰੀ ਰਾਤ ਘਰ ਨਹੀਂ ਆਇਆ ਪਰ ਨੈਕਸਟ ਸਵੇਰੇ ਜਦੋਂ ਬੂਬਾ ਸਿੰਘ ਜੀ ਐਕਟਿਵਾ ਛੱਡ ਕੇ ਗਏ ਇਹਨਾਂ ਦੇ ਘਰ ਅਤੇ ਕਹਿੰਦੇ ਕੁਝ ਦੱਸ ਕੇ ਨਹੀਂ ਗਏ ਉਹ ਜਦੋਂ ਐਕਟਿਵਾ ਛੱਡ ਕੇ ਗਿਆ ਵੇ ਇੱਥੋਂ ਉਹਦੇ ਤੁਰੰਤ ਬਾਅਦ ਹੀ ਮੈਂ ਆ ਗਿਆ ਅਤੇ ਫਿਰ ਇਹਨਾਂ ਦੱਸਿਆ ਮੈਂ ਵੀ ਇਹਦਾ ਝਗੜਾ ਝੁਗੜਾ ਹੋ ਗਿਆ ਚਲੋ ਆਪਾਂ ਚੱਲੀਏ ਅਤੇ ਸਾਰੇ ਇੱਥੋਂ ਸਾਡਾ ਜੋ ਗਲੀ ਮੁਹੱਲਾ ਆ ਸਾਰਾ ਹੀ ਉੱਥੇ ਪਹੁੰਚਿਆ ਸੀ ਫਿਰ ਉੱਥੇ ਜਾ ਕੇ ਪਤਾ ਲੱਗਾ ਵੀ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਸਾਨੂੰ ਤਾਂ ਮੈਨੂੰ ਤਾਂ ਪਹਿਲਾਂ ਪਤਾ ਲੱਗ ਗਿਆ ਅਤੇ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਵੀ ਪ੍ਰਸ਼ਾਸਨ ਨੇ ਵੀ ਤੁਹਾਡੇ ਮੁੰਡੇ ਦੇ ਇੱਦਾਂ ਫਾਇਰ ਲੱਗ ਗਿਆ ਤੁਸੀਂ ਡੈਥ ਹੋ ਗਈ ਕਿਹਨੇ ਫਾਇਰ ਕਿਹੇ ਜਾ ਰਹੇ ਤਕਰੀਬਨ ਜਿਹੜੇ ਛੱਲੇ ਲੱਗੇ ਉਹਦੇ 12 ਬੋਰ ਦੇ ਮਤਲਬ ਤਕਰੀਬਨ 10 ਰੇ ਪ੍ਰਸ਼ਾਸਨ ਹੀ ਕਹਿ ਰਹੇ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਦੇਖੋ ਇਹ ਪ੍ਰਸ਼ਾਸਨ ਕੋਲੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋਵੇ ਅਤੇ ਜਿਹੜੇ ਦੋਸ਼ੀ ਆ ਉਹਨਾਂ ਸਲਾਖਾਂ ਪਿੱਛੇ ਸਿੱਟਿਆ ਜਾਵੇ ਦੇਖੋ ਇਹ ਲੜਕੇ ਦੇ ਇੱਥੇ ਗੋਲੀ ਵੱਜੀ ਬੋਡੀ ਦੇ ਅਗਲੇ ਪਾਸੇ ਜਿਹੜਾ ਇਹਨਾਂ ਕਤਲ ਦਾ ਕਾਰਨ ਹੈ ਠੀਕ ਹੈ ਨਾ ਔਰ ਜਿਹੜੇ ਇਹਦੇ ਸੰਬੰਧ 'ਚ ਅਸੀਂ 302 IPC ਦਾ ਮੁਕੱਦਮਾ ਜਿਹੜਾ ਦੋਸ਼ੀਆਂ ਦੇ ਖਿਲਾਫ਼ ਦਰਜ ਕੀਤਾ ਜਿਹੜੇ ਲਿਖਾਏ ਇਹਨਾਂ ਨੇ ਪਰਿਵਾਰ ਨੇ ਦੋ ਬੰਦੇ ਅਸੀਂ ਉਹਨਾਂ ਦੋਹਾਂ ਦੇ ਖਿਲਾਫ਼ FIR ਲੌਂਚ ਕਰਤੀ ਅਤੇ ਇੱਕ ਨੂੰ ਅਸੀਂ ਕਾਬੂ ਕਰ ਲਿਆ ਜੀ ਦੂਜੇ ਨੂੰ ਵੀ ਅਸੀਂ ਬਹੁਤ ਜਲਦੀ ਕਾਬੂ ਕਰ ਲਵਾਂਗੇ ਅਤੇ ਜਿਹੜਾ ਕੋਈ ਹੋਰ ਕਿਸੇ ਦੀ ਇਨਵੋਲਵਮੈਂਟ ਹੋਈ ਹੈਗੀ ਇਹਦੇ ਵਿੱਚ ਪੁੱਛਗਿੱਛ ਤੇ ਅੱਗੇ ਉਹ ਵੀ ਨਹੀਂ ਅਸੀਂ ਬਖਸ਼ਾਂਗੇ ਜੀ ਉਹਨੂੰ ਵੀ ਅੰਦਰ ਭੇਜਾਂਗੇ ਕੁੜੀਆਂ ਇੱਥੇ ਨਾ ਸ਼ਰਿਆਂ ਦੇ ਹੈਗੇ ਆ ਰਾਈਟ ਸਾਈਡ 'ਤੇ ਇੱਥੇ ਨਾ ਜੀ ਸ਼ਰੇ ਵੱਜੇ ਆ ਜੀ ਅਤੇ ਇੱਕ ਗੋਲੀ ਦਾ ਨਿਸ਼ਾਨ ਹੈਗਾ ਇੱਥੇ ਗੱਲ 'ਤੇ ਡੈਡ ਬੋਡੀ ਜਦੋਂ ਆਪਾਂ ਨੰਗਲੀ ਪਿੰਡ ਨੂੰ ਆਉਂਦੇ ਨਾ ਜੀ ਮੇਨ ਰੋਡ ਤੋਂ FCI ਦੇ ਹੈਗੇ ਨੇ ਗਡਾਊਨ ਨੇ ਜੀ FCI ਦੇ ਗਡਾਊਨ ਦੇ ਰੋਡ ਦੇ ਬਿਲਕੁਲ ਨਾਲ ਹੀ ਬੋਡੀ ਪਈ ਸੀ ਇੱਥੇ ਰਾਤ ਨੂੰ ਸਾਨੂੰ 1:30 ਵਜੇ ਸਾਨੂੰ ਪਰਸੋਂ ਰਾਤ ਬੋਡੀ ਜਿਹੜੀ ਮਿਲੀ ਹੈ ਹਾਂਜੀ ਉਦੋਂ ਅਨਆਡੈਂਟੀਫਾਈ ਸੀਗੀ ਅਸੀਂ ਬਾਅਦ 'ਚ ਫਿਰ ਕੱਲ੍ਹ ਸਵੇਰੇ ਇਹ ਆਈਡੈਂਟੀਫਾਈ ਹੋਈ ਬੋਡੀ ਇਹ ਸਾਹਰਪ੍ਰੀਤ ਸਿੰਘ ਹੋਣੀ ਉੱਥੇ ਗਏ ਮੌਕੇ 'ਤੇ ਨਹੀਂ ਪਛਾਣ ਕੀਤੀ ਲੜਕੇ ਦੀ ਫਿਰ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਅਸੀਂ ਅਤੇ ਇਹ ਵੀ ਉਹਦੀ ਸ਼ਨਾਖਤ ਹੋਈ ਲੜਕੇ ਦੀ ਹਾਂ ਉਹ ਸ਼ਨਾਖਤ ਤੋਂ ਬਾਅਦ ਫਿਰ ਅਸੀਂ ਜਿਹੜਾ 302 IPC ਦਾ ਮੁਕੱਦਮਾ ਜਿਹੜਾ ਦੋਸ਼ੀਆਂ ਦੇ ਖਿਲਾਫ਼ ਦਰਜ ਕੀਤਾ ਸਰ ਅੱਗੇ ਜਾਂਚ ਕਿਹੜੀ ਕੀਤੀ ਜਾ ਰਹੀ ਹੈ ਜਾਂਚ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਜਿਹੜੇ ਲੜਕੇ ਜਿਹਨਾਂ ਦਾ ਨਾਂ ਲਿਖਾਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਕਹਾਂ ਕਿ ਪੁੱਛਗਿੱਛ ਕਰਾਂਗੇ ਫਰਦਰ ਵੀ ਕੋਈ ਵੀ ਕਿਸੇ ਦਾ ਵੀ ਦੋਸ਼ ਹੋਇਆ 5% 10% ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਵੀ ਅਸੀਂ ਅੰਦਰ ਭੇਜਾਂਗੇ ਜੀ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਕਬੀਰ ਜੀ 9872082499 Get X-Love back in your life. Moni Vashikaran karvao, manchaha premi premika, apne vas vich karo. Parishani ji mein, Vashikaran karvona, chaturvona, pati patni ch anban, olaad suk, videsh yatra, PR ch rukavat, khoya pyar vapas pona, sautan dushman to chutkara, karza mukti, prem vyaj deri, talaak case, cha samini chakda, lottery number pao, 649 hove cha loto max, pyar ch tokha kha chukke, premi premika, ek vaar sarur sampark karo, main tuhada pyar tutan nahi devanga, it's my promise.